ਜੇ ਮੈਂ ਜਿਉਂਦਾ ਵਾਂ ਜਿਉਂਦੇ ਪਰਮੇਸ਼ਰ ਨੂੰ ਮੰਨਦਾ ਅਤੇ ਜਿਉਂਦੇ ਕਲਾਮ ਦੇ ਦੁਆਰਾ ਤੁਹਾਨੂੰ ਜੀਵਤ ਕੀਤਾ, ਤੁਸੀਂ ਪਾਪ 'ਚ ਮਰੇ ਹੋਏ ਸੀ। ਬੰਦੇ ਮਰਦੇ ਆ ਨਿਆਣਿਆਂ ਲਈ, ਆਪਣੀ ਪਤਨੀ ਲਈ, ਉਹ ਫਿਰ ਨਹੀਂ ਕਦਰ ਪਾਉਂਦੇ, ਤੇ ਇਸ ਤੋਂ ਚੰਗਾ ਪਰਮੇਸ਼ਵਰ ਲਈ ਜੀ ਲਓ। ਜਿਹੜੀ ਉਮਰ ਦੇ ਦਿਨ ਬਾਕੀ ਨੇ, 20 ਨੇ, 30 ਨੇ ਸਾਲ, ਉਹ ਪਰਮੇਸ਼ਵਰ ਲਈ ਜੀਓ। ਤਾਂ ਤੁਸੀਂ ਜਿੰਨਾ ਮਰਜ਼ੀ ਸੋਨੇ ਦਾ ਬਣ ਕੇ ਦਿਖਾ ਦਿਓ, ਕਦਰ ਨਹੀਂ ਪੈਣੀ ਦੁਨੀਆਂ 'ਤੇ। ਦੁਨੀਆਂ 'ਤੇ ਕਦਰ ਜਿਹੜੀਆਂ ਮਰਜ਼ੀ ਭਲਾਈਆਂ ਕਰ ਲਓ, ਲੋਕਾਂ ਨੇ ਤੁਹਾਡੀ ਕਦਰ ਨਹੀਂ ਪਾਉਣੀ, ਪਰਿਵਾਰ ਨੇ ਕਦਰ ਨਹੀਂ ਪਾਉਣੀ, ਨਹੀਂ ਪਾਉਣੀ, ਤੁਹਾਡੀ ਕਦਰ ਪਰਮੇਸ਼ਵਰ ਨੇ ਪਾਉਣੀ ਆ। ਆਮੇਨ। ਪਰਮੇਸ਼ਵਰ ਨੇ ਪਾਉਣੀ ਆ ਤੁਹਾਡੀ ਕਦਰ। ਆਮੇਨ। ਖੁਦਾ ਨੇ ਤੁਹਾਡੀ ਕਦਰ ਪਾਉਣੀ ਆ। ਆਮੇਨ। ਤੇ ਮੈਂ ਲੋਕਾਂ ਲਈ ਨਹੀਂ ਜਿਉਂਦਾ, ਪਰਮੇਸ਼ਵਰ ਲਈ ਜਿਉਂਦਾ ਵਾਂ। ਆਮੇਨ। ਮੈਂ ਦੱਸਿਆ, ਮੈਂ ਨੀਂਦ ਦੀਆਂ ਗੋਲੀਆਂ ਖਾ ਲਈਆਂ ਸੀ। ਮੈਂ ਕਿਹਾ ਵੀ ਮੈਂ ਮਰ ਜਾਣਾ, ਲੜਾਈ ਝਗੜੇ ਸੀਗੇ, ਪਰ ਖੁਦਾ ਨੇ ਮੈਨੂੰ ਬਚਾਇਆ। ਕਹਿੰਦਾ ਮੈਂ ਤੈਨੂੰ ਮਰਨ ਨਹੀਂ ਦੇਣਾ। ਮੈਂ ਕਿਹਾ ਕਾਹਤੋਂ, ਮੈਂ ਮਰਨਾ ਪ੍ਰਭੂ ਜੀ, ਮੈਂ ਨਹੀਂ ਜੀਣੀ ਇੱਦਾਂ ਦੀ ਜ਼ਿੰਦਗੀ, ਕਲੇਸ਼ ਵਾਲੀ, ਝਗੜੇ ਵਾਲੀ, ਮੈਂ ਨਹੀਂ, ਮੈਂ ਮਰ ਜਾਣਾ। ਪਰਮੇਸ਼ੁਰ ਕਹਿੰਦਾ ਤੇਰੇ ਦੁਆਰਾ ਜਿਹੜੇ ਮਰਨ ਵਾਲੇ ਆ ਉਹਨਾਂ ਨੂੰ ਬਚਾਉਣਾ ਵਾ, ਮਰਿਆਂ ਨੂੰ ਜੀਂਦਾ ਕਰਨਾ, ਪਰਮੇਸ਼ੁਰ ਕਹਿ ਰਿਹਾ। ਤੇ ਜਦੋਂ ਦਾ 15 ਵਿੱਚ ਖੁਦਾ 'ਚ ਵਧਿਆ, ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਂ ਪਿੱਛੇ ਨਹੀਂ ਮੁੜਨਾ, ਮੈਂ ਕਰਨਾ ਏ ਵਿਸ਼ਵਾਸ, ਮੈਂ ਪਿੱਛੇ ਨਹੀਂ ਮੁੜਨਾ, ਤਾੜੀ ਵੀ ਅੱਗੇ ਗਾ ਕੇ, ਕਰਨਾ ਏ ਵਿਸ਼ਵਾਸ, ਜੋ ਵਿਸ਼ਵਾਸ ਕਰਦੇ ਨੇ ਉਹ ਬਣਨੀ ਯਸੂ ਦੇ ਦਾਸ, ਜੋ ਵਿਸ਼ਵਾਸ ਕਰਦੇ ਨੇ ਉਹ ਬਣਨੀ ਯਸੂ ਦੇ ਦਾਸ, ਮੈਂ ਪਿੱਛੇ ਨਹੀਂ ਮੁੜਨਾ, ਪਿੱਛੇ ਨਹੀਂ ਮੁੜਨਾ। ਹਾਲੇਲੂਇਆ, ਹਾਲੇਲੂਇਆ। ਜਦੋਂ ਪਿੱਛੇ ਨਹੀਂ ਮੁੜਿਆ ਤੇ ਖੁਦਾ ਨੇ ਮੈਨੂੰ ਆਪਣਾ ਦਾਸ ਬਣਾ ਕੇ ਖੜਾ ਕਰਤਾ। ਹਾਲੇਲੂਇਆ। ਅੱਜ ਤੁਸੀਂ ਯੂਟਿਊਬ ਤੋਂ ਸੁਣ ਕੇ ਆਏ ਹੋ, ਜੇ ਮੈਂ ਜਿਉਂਦਾ ਵਾਂ, ਜਿਉਂਦੇ ਪਰਮੇਸ਼ੁਰ ਨੂੰ ਮੰਨਦਾ ਤੇ ਜਿਉਂਦੇ ਕਲਾਮ ਦੇ ਦੁਆਰਾ ਤੁਹਾਨੂੰ ਜੀਵਤ ਕੀਤਾ, ਤੁਸੀਂ ਪਾਪ 'ਚ ਮਰੇ ਹੋਏ ਸੀ। ਜ਼ਿੰਦਗੀ ਪਰਮੇਸ਼ਵਰ ਦੇ ਕਲਾਮ ਨੇ ਦਿੱਤੀ ਆ। ਮੈਂ ਦੱਸਿਆ ਨਾ, ਜ਼ਿੰਦਗੀ ਖੁਦਾ ਦਿੰਦਾ ਹੈ, ਪਰਮੇਸ਼ਵਰ ਜ਼ਿੰਦਗੀ ਦਿੰਦਾ ਹੈ, ਇਹ ਜ਼ਿੰਦਗੀ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ, ਤੇ ਜੀਣੀ ਵੀ ਪਰਮੇਸ਼ਵਰ ਲਈ ਆ। ਕਾਹਤੋਂ ਅਸੀਂ ਦੁਨੀਆਂ ਲਈ ਜੀਏ, ਕਾਹਤੋਂ ਦੁਨੀਆਂ ਵਾਸਤੇ ਜ਼ਿੰਦਗੀ ਨੂੰ ਜੀਏ, ਪਰਮੇਸ਼ਵਰ ਨੇ ਜ਼ਿੰਦਗੀ ਦਿੱਤੀ ਆ, ਤੇ ਯਿਸੂ ਮਸੀਹ ਲਈ ਜੀਣੀ ਆ। ਅਸੀਂ ਲੋਕਾਂ ਲਈ ਥੋੜ੍ਹਾ ਜੀਉਣ ਡਏ ਹਾਂ, ਖੁਦਾ ਲਈ ਜੀਣਾ ਹੈ। ਜਦੋਂ ਪਰਮੇਸ਼ਵਰ ਚਾਹੇ ਸਾਨੂੰ ਲੈ ਜਾਵੇ, ਜਿੰਨੀ ਦੇਰ ਜਿਉਂਦੇ ਹਾਂ ਕਿਹਦੇ ਲਈ ਜਿਉਂਦੇ ਹਾਂ, ਮਸੀਹ ਦੇ ਲਈ ਜਿਉਂਦੇ, ਮਸੀਹ ਲਈ ਜਿਉਣਾ ਵਾ ਅਸੀਂ।